ਇਸ ਦੇ ਲਈ ਤੁਹਾਨੂੰ ਕੁਝ ਸ਼ੀਸ਼ੇ ਲੈਂਸ ਤੇ ਇੱਕ ਲੇਜ਼ਰ ਬੀਮ ਚਾਹੀਦੀ ਹੈ। ਇੱਕ ਕੱਚ ਦਾ ਬਣਿਆ ਫਿਸ਼ ਟੈਂਕ ਲਓ ਤੇ ਉਸ ਨੂੰ ਇੱਕ ਤਿਹਾਈ ਪਾਣੀ ਨਾਲ ਭਰ ਲਓ। ਉਸ ਦੇ ਵਿੱਚ ਕੁਝ ਬੂੰਦਾਂ ਡਿਟੋਲ ਦੀਆਂ ਪਾ ਦਿਓ। ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਹ ਡਿਟੋਲ ਕਿਰਨਾਂ ਨੂੰ ਡਿਸਪਰਸ ਕਰਨ ਦਾ ਕੰਮ ਕਰੇਗਾ। ਟੈਂਕ ਵਿੱਚ ਇੱਕ ਪਲੇਨ ਸ਼ੀਸ਼ਾ ਰੱਖੋ ਤੇ ਇਸ 'ਤੇ ਦੋ ਲੇਜ਼ਰ ਦੀਆਂ ਕਿਰਨਾਂ ਪਾਉਣ 'ਤੇ ਇੰਸੀਡੈਂਟ ਅਤੇ ਰਿਫਲੈਕਟਿਡ ਰੇਜ਼ ਪੈਰਲਰ ਹੋ ਜਾਣਗੀਆਂ। ਇੱਕ ਕਨਕੇਵ ਮਿਰਰ ਲਓ। ਇਸ ਦੀਆਂ ਪੈਰਲਰ ਇੰਸੀਡੈਂਟ ਰੇਜ਼ ਇੱਕ ਫੋਕਸ 'ਤੇ ਆ ਕੇ ਮਿਲ ਜਾਂਦੀਆਂ ਹਨ। ਹਨੇਰੇ ਵਿੱਚ ਇਸ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਕਨਵੈਕਸ ਮਿਰਰ ਇਸਤੇਮਾਲ ਕਰਨ 'ਤੇ ਤੁਸੀਂ ਦੇਖੋਗੇ ਕਿ ਰਿਫਲੈਕਟਿਡ ਰੇਜ਼ ਡਾਇਵਰਜ ਹੋਣਗੀਆਂ। ਇਹ ਪੈਰਲਰ ਨਹੀਂ ਹਨ। ਜਦੋਂ ਅਸੀਂ ਲੇਜ਼ਰ ਬੀਮ ਨੂੰ ਗਲਾਸ ਸਲੈਬ ਵਿੱਚੋਂ ਪਾਸ ਕਰਦੇ ਹਾਂ ਤਾਂ ਉਹ ਮੁੜ ਜਾਂਦੀ ਹੈ। ਪ੍ਰਿਜ਼ਮ ਨੂੰ ਇਸਤੇਮਾਲ ਕਰਨ 'ਤੇ ਤੁਸੀਂ ਦੇਖੋਗੇ ਕਿ ਇਹ ਵੀ ਲੇਜ਼ਰ ਦੀ ਕਿਰਨ ਨੂੰ ਮੋੜ ਦਿੰਦਾ ਹੈ ਅਤੇ ਜੇ ਉਸਦੇ ਰਾਹ ਵਿੱਚ ਇੱਕ ਹੋਰ ਮਗਰ ਪੁੱਠਾ ਪ੍ਰਿਜ਼ਮ ਰੱਖੋਗੇ ਤਾਂ ਤੁਸੀਂ ਦੇਖੋਗੇ ਕਿ ਉਹ ਕਿਰਨ ਨੂੰ ਉਲਟੀ ਦਿਸ਼ਾ ਵਿੱਚ ਮੋੜ ਦਿੰਦਾ ਹੈ, ਜਿਸ ਕਰਕੇ ਹੁਣ ਮੁੜੀ ਹੋਈ ਕਿਰਨ ਸਭ ਤੋਂ ਪਹਿਲਾਂ ਦੀ ਭੇਜੀ ਹੋਈ ਕਿਰਨ ਨਾਲ ਪੈਰਲਰ ਹੋ ਜਾਂਦੀ ਹੈ। ਕਨਵੈਕਸ ਲੈਂਸ ਤੋਂ ਕਿਰਨ ਗੁਜ਼ਰੇਗੀ ਤਾਂ ਉਹ ਇੱਕ ਫੋਕਸ 'ਤੇ ਮਿਲ ਜਾਣਗੀਆਂ। ਕਨਕੇਵ ਲੈਂਸ ਤੋਂ ਪਾਸ ਕਰਨ 'ਤੇ ਉਹ ਡਾਇਵਰਜ ਹੋਣਗੀਆਂ। ਲੇਜ਼ਰ ਨੂੰ ਇਸ ਤਰ੍ਹਾਂ ਰੱਖਣ 'ਤੇ ਉਹ ਟੋਟਲ ਇੰਟਰਨਲ ਰਿਫਲੈਕਸ਼ਨ ਕਰੇ ਤਾਂ ਸਾਨੂੰ ਬਹੁਤ ਸਾਰੀਆਂ ਕਿਰਨਾਂ ਦਿਖਾਈ ਦੇਣਗੀਆਂ। ਅੱਜ ਕੱਲ੍ਹ ਸਾਰਾ ਸੰਚਾਰ ਫਾਈਬਰ ਆਪਟਿਕਸ ਨਾਲ ਹੁੰਦਾ ਹੈ। ਸਾਰਾ ਡਾਟਾ ਇਸੇ ਤਰ੍ਹਾਂ ਟੋਟਲ ਇੰਟਰਨਲ ਰਿਫਲੈਕਸ਼ਨ ਦੁਆਰਾ ਭੇਜਿਆ ਜਾਂਦਾ ਹੈ।